ਇਸ ਦਸਤਾਰ ਧਾਰੀ ਸਿੱਖ ਸਿਹਤ ਮੁਲਾਜ਼ਮ ਨਾਲ ਕੁੱਟਮਾਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹਨ ਅਤੇ ਉਸ ਨੂੰ ਬਹਿਰਮੀ ਨਾਲ ਕੁੱਟਮਾਰ ਰਹੇ ਉਸ ਦੀ ਦਸਤਾਰ ਰੋਲ ਰਹੇ ਦਾੜੀ ਪੁੱਟ ਰਹੇ ਇੱਕ ਡੇਰੇ ਦੇ ਸਾਥ ਦੇ ਚੇਲੇ ਹਨ ਡੇਰੇ ਦਾ ਸਾਥ ਵੀ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਜਿਸ ਦੀ ਸ਼ਹਿਤ ਇਹ ਪੂਰੀ ਕੁੱਟਮਾਰ ਹੋਈ ਇਹ ਸੇਹਤ ਮੁਲਾਜ਼ਮ ਆਪਣੀ ਜਾਨ ਬਚਾਉਣ ਦੇ ਵਾਸਤੇ ਪੌਂਦਾ ਰਿਹਾ ਛੱਡ ਦੇਣ ਦੀ ਦੁਹਾਈ ਪੌਂਦਾ ਰਿਹਾ ਪਰ ਨਸ਼ੇ ਵਿੱਚ ਤੁੱਤ ਇਸ ਸਾਥ ਦੇ ਚੇਲਿਆਂ ਨੂੰ ਤਰਸ ਨਹੀਂ ਆਇਆ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਕੱਪੜੇ ਪਾੜ ਦਿੱਤੇ ਦਸਤਾਰ ਦੀ ਬਰਬੀ ਕੀਤੀ ਦਾੜੀ ਪੁੱਟ ਗਾਲੀ ਗਲੋਚ ਕੀਤੀ ਗਈ ਇੱਕ ਸੇਹਤ ਮੁਲਾਜ਼ਮ ਨਾਲ ਸ਼ਰੀਆਮ ਕੁੱਟਮਾਰ ਇਹਨਾਂ ਨੂੰ ਕਾਨੂੰਨ ਦਾ ਕੋਈ ਖੌਫ ਨਹੀਂ ਡੇਰੇ ਪਹੁੰਚੇ ਸਰਕਾਰੀ ਮੁਲਾਜ਼ਮ ਨਾਲ ਦਰਿੰਦਗੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਪ੍ਰਸ਼ਾਸਨ ਇਸ ਦੇ ਖਿਲਾਫ ਕਾਰਵਾਈ ਦੀ ਤਿਆਰੀ ਵਿੱਚ ਹੈ ਅਸਲ 'ਚ ਮਾਮਲਾ ਲੁਧਿਆਣਾ ਨੇੜੇ ਦਾ ਹੈ ਸਾਤ ਦੇ ਚੇਲਿਆਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋ ਰਿਹਾ ਹ ਇਹ ਐਚਸੀ ਮਲੌਦ ਅਧੀਨ ਤਾਇਨਾਤ ਸਿਹਤ ਮੁਲਾਜ਼ਮ ਮਸਤਾਨ ਸਿੰਘ ਹੈ ਜੋ ਕਿ ਕੋਵਿਡ ਮਹਾਮਾਰੀ ਦੌਰਾਨ ਆਪਣੀ ਡਿਊਟੀ ਨਿਭਾਉਂਦਿਆਂ ਨਿਭਾਉਂਦਿਆਂ ਉਕਤ ਸਾਧ ਦੇ ਡੇਰੇ ਵਿੱਚ ਕਰੋਨਾ ਦੇ ਸ਼ੱਕੀ ਮਰੀਜ਼ ਹੋਣ ਦੀ ਜਾਂਚ ਕਰਨ ਪਹੁੰਚਿਆ ਸੀ ਪਰ ਪਿੰਡ ਖਾਨਪੁਰ ਵਿੱਚ ਬਣੇ ਉਕਤ ਡੇਰੇ ਪ੍ਰਭੂ ਘੜ ਡੇਰਾ ਪਹੁੰਚੇ ਸਿਹਤ ਮੁਲਾਜ਼ਮ ਮਸਤਾਨ ਸਿੰਘ ਨੇ ਡੇਰੇ ਚ ਕਰੋਨਾ ਦੇ ਸ਼ੱਕੀ ਮਰੀਜ਼ ਹੋਣ ਦੀ ਗੱਲ ਜਿਵੇਂ ਹੀ ਕਹੀ ਸਾਧ ਸਮੇਤ ਨਸ਼ੇ ਚ ਤੁੱਤ ਉਸ ਦੇ ਚੇਲਿਆਂ ਦਾ ਪਾਰਾ ਸਤਵੇਂ ਅਸਮਾਨ ਤੇ ਚੜ ਗਿਆ ਅਤੇ ਉਸ ਨਾਲ ਸ਼ਰੀਆਮ ਕੁੱਟ ਮਾਰ ਸ਼ੁਰੂ ਕਰ ਦਿੱਤੀ ਗਈ ਸਿਹਤ ਮੁਲਾਜ਼ਮ ਦੀ ਦਸਤਾਰ ਉਤਾਰ ਦਿੱਤੀ ਦਾੜੀ ਤੇ ਕੇਸ ਝੋਟੇ ਗਏ ਉਸ ਨੂੰ ਬੰਧਕ ਬਣਾ ਬੜੀ ਹੀ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਇਸ ਸਾਥ ਦੇ ਚੇਲਿਆਂ ਦੀ ਬਦਮਾਸ਼ੀ ਵੇਖੋ ਕਿ ਕੁੱਟ ਮਾਰ ਦੀਆਂ ਬਕਾਇਦਾ ਤਸਵੀਰਾਂ ਖੇਚ ਵੀਡੀਓ ਬਣਾਈ ਗਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਿੱਚ ਇਸ ਮਾਮਲੇ ਤੋਂ ਬਾਅਦ ਭਾਰੀ ਰੋਸ ਹੈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਨੇ ਸੰਸਲੇ ਵਿੱਚ ਕਾਰਵਾਈ ਕਰਦਿਆਂ ਤਿੰਨ ਮੁਲਾਜ਼ਮ ਦਬੋਚ ਲਏ ਹਨ ਦੇ ਤਿੰਨ ਪੂਰਾ ਦੀ ਪਾਲ ਪੁਲਿਸ ਵੱਲੋਂ ਜਾਰੀ ਹੈ ਇੱਕ ਡੇਰੇ ਦੇ ਅੰਦਰ ਸਿਹਤ ਮੁਲਾਜ਼ਮ ਨਾਲ ਕੀਤੀ ਇਸ ਬਸਲੂਕੀ ਨੇ ਵੱਡੇ ਸਵਾਲ ਚੁੱਕੇ ਹਨ ਸਿਹਤ ਮੁਲਾਜ਼ਮ ਆਪਣੀ ਜਾਣ ਦੀ ਪਰਵਾਹ ਕੀਤੇ ਬਗੈਰ ਇਸ ਮਹਾਮਾਰੀ ਵਿੱਚ ਲੋਕਾਂ ਦੀ ਸਿਹਤ ਜਾਬੀ ਲਈ ਦਿਨ ਰਾਤ ਲੱਗੇ ਹਨ ਪਰ ਇੱਕ ਵਿਗੜੇ ਸਾਥ ਦੇ ਚੇਲਿਆਂ ਦੀ ਇਹ ਕਰਤੂਤ ਬਰਦਾਸ਼ਤਯੋਗ ਨਹੀਂ ਹੈ ਲੋੜ ਹੈ ਇਸ ਤਰ੍ਹਾਂ ਦੇ ਅਣਸਰਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਤਾਂ ਜੋ ਅੱਗੋਂ ਤੋਂ ਇਸ ਤਰ੍ਹਾਂ ਕਿਸੇ ਸਿਹਤ ਮੁਲਾਜ਼ਮ ਨਾਲ ਬਸਲੂਕੀ ਦੀ ਕਿਸੇ ਦੀ ਹਿੰਮਤ ਨਾ ਪਵੇ ਅਸਲ ਵਿੱਚ ਪੰਜਾਬ ਵਿੱਚ ਥਾਂ ਥਾਂ ਬਣ ਚੁੱਕੇ ਨਾ ਡੇਰਿਆਂ ਦੇ ਅੰਦਰ ਆਪਣੀ ਹੀ ਸੱਤਾ ਚੱਲਦੀ ਹੈ ਇਸ ਤਰ੍ਹਾਂ ਦੇ ਡੇਰੇਦਾਰ ਭੋਲੀ ਭਾਲੀ ਜਨਤਾ ਨੂੰ ਆਪਣੇ ਪਿੱਛੇ ਲਾ ਕੇ ਆਪਣੀ ਦਾਲ ਰੋਟੀ ਚਲਾ ਰਹੇ ਹਨ ਪਰ ਡੇਰਿਆਂ ਦੇ ਅੰਦਰ ਗੁੰਡਾਗਰਦੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪੁਲਿਸ ਪ੍ਰਸ਼ਾਸਨ ਵੀ ਨਾ ਖਿਲਾਫ ਕਾਰਵਾਈ ਕਰਨ ਤੋਂ ਕਤਰਦਾ ਹੈ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਇਸ ਤਰ੍ਹਾਂ ਸਾਧ ਸ਼ਰਿਆਮ ਗੁੰਡਾਗਰਦੀ ਤੇ ਉਤਰ ਆਏ ਹਨ ਥਾਣਾ ਡੇਲੋ ਲੁਧਿਆਣਾ ਵਿਖੇ ਇਸ ਸੰਸਲੇ ਵਿੱਚ ਮਾਮਲਾ ਦਰਜ ਕਰ ਪੁਲਿਸ ਨੇ ਸਖਤ ਕਾਰਵਾਈ ਦਾ ਯਕੀਨ ਦਿਵਾਇਆ ਹੈ ਅੱਜ ਤਿੰਨ ਮੌਲਤਾਂ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਏ ਹਨ ਉਮੀਦ ਹੈ ਕਿ ਬਾਕੀ ਵੀ ਜਲਦ ਪੜੇ ਜਾਣਗੇ ਪਰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਲੋੜ ਸਖਤ ਕਾਰਵਾਈ ਦੀ ਹੈ ਕਿਉਂਕਿ ਇਸ ਮਹਾਮਾਰੀ ਦੌਰਾਨ ਇਹ ਸਿਹਤ ਵਿਭਾਗ ਦੇ ਮੁਲਾਜ਼ਮ ਅਸਲ ਚ ਕੋਵਿਡ ਵਾਰੀਅਰ ਹਨ ਜੋ ਪਿਛਲੇ ਕਰੀਬ 5 ਮਹੀਨਿਆਂ ਤੋਂ ਦਿਨ ਰਾਤ ਇਸ ਮਹਾਮਾਰੀ ਦੇ ਖਿਲਾਫ ਲੜ ਰਹੇ ਹਨ ਪਰ ਜੇ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਗਿਆ ਤਾਂ ਇਹਨਾਂ ਕੋਵਿਡ ਯੋਧਿਆਂ ਦਾ ਦਿਲ ਤੋੜਨ ਦਾ ਸਬਬ ਬਣਨ ਗਿਆ ਖੈਰ ਪੁਲਿਸ ਕਾਰਵਾਈ ਦਾ ਦਾਵਾ ਜ਼ਰੂਰ ਕਰ ਰਹੀ ਹੈ ਅਦੇ ਉਮੀਦ ਹੈ ਇਹਨਾਂ ਤੇ ਸਿਕੰਜਾ कसेਗਾ ਅਦੇ ਅੱਗੇ ਹੋਰਾਂ ਦੇ ਵੀ ਕੰਨ ਹੋ ਜਾਣਗੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ